ਤੇਜ਼ ਰਫ਼ਤਾਰ ਬੱਸ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਮਰੀਨਾ ਸ਼ਹਿਰ ਦੇ ਕੁਰਾਲੀ ਚੰਡੀਗੜ੍ਹ ਚੌਂਕ ਤੇ ਇੱਕ PRTC ਬਨਾਨਾ ਡਿਪੋ ਦੀ ਬੱਸ ਨੇ ਮੋਟਰਸਾਈਕਲ ਸਵਾਰ 24 ਸਾਲ ਦੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਲੋਕਾਂ ਨੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਰੰਡੇ ਤੋਂ ਜਾ ਰਿਹਾ ਸੀਗਾ ਆਪਣੇ ਪਿੰਡ ਸਕੂਲਾਂ ਨੂੰ ਚੰਡੀਗੜ੍ਹ ਰੋਡ, ਤਾਂ ਇੱਕ ਰੋਡਵੇਜ਼ ਦੀ ਬੱਸ PRTC ਬੱਸ ਹੈ ਪਟਿਆਲਾ ਡਿਪੋ ਦੀ, ਉਹ ਆ ਰਹੀ ਸੀਗੀ ਕੁਰਾਲੀ ਤੋਂ ਮਰੰਡੇ ਨੂੰ। ਉਹ ਰਸਤੇ ਦੇ ਵਿੱਚ ਜਿਹੜਾ ਡਿਊ ਟੀ ਪੁਆਇੰਟ ਕੁਰਾਲੀ ਟੀ ਪੁਆਇੰਟ ਆਉਂਦਾ, ਉੱਥੇ ਰੋਡਵੇਜ਼ ਬੱਸ ਨੇ ਗਰਲ ਟਰਨ ਲਿਆ, ਤਾਂ ਉਹ ਜਿਹੜਾ ਮੁੰਡਾ ਹੈ ਉਹ ਬਾਈਕ 'ਤੇ ਸੀਗਾ, ਉਹਦੀ ਇਹਦੇ ਨਾਲ ਟੱਕਰ ਹੋ ਗਈ ਔਰ ਉਹਦੀ ਮੌਕੇ 'ਤੇ ਡੈਥ ਹੋ ਗਈ। ਰੋਪੜ ਸੁਜਨ ਸੈਣੀ ਦੀ ਰਿਪੋਰਟ, ਚੈਨਲ 2।